ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ ਅੱਜ ਦੇ ਸੈਗਮੈਂਟ ਵਿੱਚ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਰ ਇੱਕ ਵਿਅਕਤੀ ਨੂੰ ਫਕਰ ਹੁੰਦਾ ਆਪਣੀ ਮਾਂ ਬੋਲੀ ਦੇ ਉੱਤੇ ਪੰਜਾਬੀਆਂ ਹੋਣ ਦੇ ਨਾਤੇ ਸਾਨੂੰ ਵੀ ਮਾਣ ਹੈ ਕਿ ਸਾਡੀ ਮਾਂ ਬੋਲੀ ਜੋ ਹੈ ਦੁਨੀਆ ਭਰ ਵਿੱਚ ਇਹ ਪ੍ਰਫੁੱਲਤ ਹੋ ਰਹੀ ਏ ਤੇ ਇਸ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਹਾਲ ਹੀ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਲਿਟਰੇਰੀ ਅਵਾਰਡ ਜੋ ਹੈ ਉਹ ਵੀ ਸਥਾਪਿਤ ਕੀਤਾ ਗਿਆ ਤੇ ਉਸ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਾਥ ਦੇਣਗੇ ਮਿਸਟਰ ਪ੍ਰਾਡਸਟਾ ਹਾਂ ਅਤੇ ਨਾਲ ਡਾਕਟਰ ਰਕबीर ਸਿੰਘ ਜਿਹੜੇ ਕਿ ਸਾਬਕਾ ਹੈੱਡ ਨੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਡਿਪਾਰਟਮੈਂਟ ਦੇ ਜੈਨੂ ਕਹਨੇ ਦੋਨੋਂ ਹੀ ਮਹਿਮਾਨ ਹਨ ਵੈਲਕਮ ਟੂ ਦ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਡਾਕਟਰ ਸਾਹਿਬ ਤੋਂ ਅੱਜ ਤੋਂ ਸ਼ੁਰੂ ਕਰਦੇ ਹਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਪੰਜਾਬੀ ਨਾਲ ਜੁੜੇ ਹੋਏ ਹੋ ਪੰਜਾਬੀ ਪੜ੍ਹਾਉਂਦੇ ਰਹੇ ਐਜ਼ ਹੈੱਡ ਵੀ ਤੁਸੀਂ ਰਿਟਾਇਰ ਹੋਏ ਕੈਨੇਡਾ ਵੀ ਬਾਕੀ ਯੂ ਐਸ ਏ ਲੱਲੋ ਜਿੱਥੇ ਵੀ ਪੰਜਾਬੀ ਗਏ ਹੈਗੇ ਨੇ ਤੇ ਅੱਜ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੀ ਡਿਫਰੈਂਸ ਨਜ਼ਰ ਆ ਰਿਹਾ ਹੈਗਾ ਪੰਜਾਬੀ ਜੋ ਇੱਥੇ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਅੱਜ ਪੰਜਾਬ ਤੋਂ ਅਸੀਂ ਪੰਜਾਬੀ ਨੂੰ ਵਿਸਾਰ ਰਹੇ ਹਾਂ ਉੱਥੇ ਅਸੀਂ ਸ਼ਾਇਦ ਉਹ ਜੋ ਦੇਣੀ ਚਾਹੀਦੀ ਸੀ ਸਾਨੂੰ ਇਮੇਜ ਪੰਜਾਬੀ ਨੂੰ ਉੱਥੋਂ ਅਸੀਂ ਪਿੱਛੇ हट ਰਹੇ ਹਾਂ ਇਹ ਬਿਲਕੁਲ درست ਹੈ ਗੱਲ ਹਰਪ੍ਰੀਤ ਜੀ ਪੰਜਾਬੀ ਦੀ ਗੱਲ ਜਿੰਨੀ ਖਾਸ ਤੌਰ ਤੇ ਕੈਨੇਡਾ ਚ ਤੇ ਬ੍ਰਿਟਿਸ਼ ਕੋਲੰਬੀਆ ਚ ਹੋ ਰਹੀ ਹੈ ਜੀ ਇੰਨੀ ਸਹਿਰਦਤਾ ਨਾਲ ਇੰਨੀ ਗੰਭੀਰਤਾ ਨਾਲ ਪੰਜਾਬ ਵਿੱਚ ਨਹੀਂ ਹੋ ਰਹੀ ਜੀ ਕਿਤੇ ਨਾ ਕਿਤੇ ਗੜਬੜ ਇਹ ਹੈ ਵੀ ਸਾਡੇ ਲੋਕ ਪੰਜਾਬੀ ਬੋਲੀ ਤੇ ਜਿਸ ਤਰ੍ਹਾਂ ਦੇ ਮਾਤ ਪਾਸ਼ਾ ਹੁੰਦੇ ਨੇ ਨਾ ਤੇ ਮਾਣ ਕਰਨਾ ਚਾਹੀਦਾ ਜੀ ਉਹ ਮਾਣ ਨਹੀਂ ਕਰ ਰਹੇ ਜੀ ਇਹ ਗੱਲ ਸਭ ਕੋ ਤੁਸੀਂ ਵੇਖੋਗੇ ਵੀ ਪੰਜਾਬ ਦੇ ਵਿੱਚ ਜਿਹੜੀ ਖਾਸ ਤੌਰ ਤੇ ਅਰਬਨ ਮਿਡਲ ਕਲਾਸ ਹੈ ਰਾਈਟ ਉਹ ਆਪਣੇ ਪੰਜਾਬੀ ਬੋਲਣਾ ਆਪਣੇ ਬੱਚਿਆਂ ਨੂੰ ਪੰਜਾਬੀ ਪੜਾਉਣਾ ਕੋਈ ਜ਼ਰੂਰੀ ਨਹੀਂ ਸਮਝਦੀ ਜਦਕਿ ਇੱਥੇ ਇਹਦੇ ਉਲਟ ਹੋ ਰਿਹਾ ਵੀ ਇੱਥੇ ਇਸ ਸੂਬੇ ਵਿੱਚ ਪੰਜਾਬੀ ਪੰਜਾਬੀ ਨੂੰ ਅਫੀਸ਼ੀਅਲ ਲੈਂਗੁਏਜ ਵਜੋਂ ਪ੍ਰਚਾਰਿਆ ਜਾ ਰਿਹਾ ਰਾਈਟ ਪਰਵਾਨ ਕੀਤਾ ਜਾ ਰਿਹਾ ਪੰਜਾਬੀ ਦੇ মিডিਆ ਇੱਥੇ ਬੜਾ ਪਾਵਰਫੁਲ ਹੈ ਸਾਡੇ ਪਾਕੀ ਪੰਜਾਬੀ ਦਾ ਸਾਰਾ ਬੋਲ ਵਾਲਾ ਇੱਥੇ ਸਭ ਨੂੰ ਵੇਖਣ ਨੂੰ ਮਿਲਦਾ ਇਹ ਬੜੀ ਚੰਗੀ ਗੱਲ ਹੈ ਤੇ ਆ ਜਿਹੜਾ ਅਵਾਰਡ ਦੀ ਵੀ ਗੱਲ ਟਾਹਾਂ ਹੋਰ ਇਸ਼ੂ ਕੀਤੀ ਹੈ ਇਹ ਵੀ ਇਸ ਗੱਲ ਨੂੰ ਸਿੰਪਲਾਈਜ਼ ਕਰ ਰਿਹਾ ਵੀ ਪੰਜਾਬੀ ਦੇ ਜਿਹੜੇ ਪਾਰਟਨਰਸ ਜਿਹੜੀ ਹੈ ਇੱਥੇ ਕਿੰਨੀ ਦਿੱਤੀ ਉਸ ਨੂੰ ਹੋਰ ਬਹਾਲ ਕਰਨ ਦੀ ਜਿਹੜੀ ਗੱਲ ਹੈ ਸਬਰਜੀ ਕਿਵੇਂ ਆਈ ਆਈਆ ਇਹ ਜਿਹੜਾ ਤੁਸੀਂ ਵਰਜ ਇੰਟਰਨੈਸ਼ਨਲ ਲਿਟਰਰੀ ਅਵਾਰਡਡ ਐਸਟੈਬਲਿਸ਼ ਕੀਤਾ ਹੈਗਾ ਤੇ ਇਹਦੇ ਵਿੱਚ ਕੀ ਇਹਦਾ ਮੰਡਟ ਕੀ ਹੈਗਾ ਤੇ ਕਿਵੇਂ ਤੁਹਾਡੇ ਮਨ ਚ ਆਇਆ ਕਿ ਸ਼ੁਰੂਆਤ ਕੀਤੀ ਜਾਵੇ ਹਰਪ੍ਰੀਤ ਜੀ ਇਹਦਾ ਕੋਈ ਦਸਾਂਕ ਸਾਲਾਂ ਦੀ ਗੱਲ ਚੱਲਦੀ ਆ ਆਪਣੇ ਦੋਸਤ ਮਿੱਤਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਕਿ ਆਪਾਂ ਪੰਜਾਬੀ ਬੋਲੀ ਲਈ ਕੁਝ ਕਰੀਏ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਜਿੱਥੇ 12 ਕਰੋੜ ਪੰਜਾਬੀ ਮਾਂ ਬੋਲੀ ਵਾਲੇ ਬੋਲਣ ਵਾਲੇ ਸੱਜਣ ਠਾਗੇ ਦੁਨੀਆ ਦੇ ਵਿੱਚ ਨਾਲ-ਨਾਲ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਇਹ ਵੀ ਕਹਿ ਰਹੀ ਆ ਕਿ ਪੰਜਾਬੀ ਬੋਲੀ ਖਤਰੇ ਦੇ ਵਿੱਚ ਆ ਕਿ ਖਤਮ ਹੋ ਜੂਗੀ 50 ਸਾਲਾਂ ਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਹੁਣ ਯੰਗ ਬੱਚੇ ਆ ਉਹ ਨਾ ਤਾਂ ਪੰਜਾਬੀ ਪੜ ਸਕਦੇ ਆ ਨਾ ਉਹ ਪੰਜਾਬੀ ਲਿਖ ਸਕਦੇ ਆ ਸੋ ਅਸੀਂ ਸੋਚਿਆ ਕਿ ਹੋਰ ਬੋਲੀਆਂ ਦੇ ਵਿੱਚ ਦੁਨੀਆ ਦੇ ਵਿੱਚ ਕੀ ਕੀ ਗੱਲਾਂ ਹੋ ਰਹੀਆਂ ਬੜੇ ਬੜੇ ਅਵਾਰਡ ਪ੍ਰਾਈਜ਼ਸ ਦੇ ਰਹੇ ਆ ਲਿਟਰੇਚਰ ਲਈ ਜੀ ਸੋ ਉੱਥੋਂ ਸਾਨੂੰ ਆ ਆਈਡੀਆ ਆ ਤੇ ਇਹਨੂੰ ਅਸੀਂ ਐਸਟੈਬਿਸ਼ ਕਰੀਏ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਪ੍ਰਾਈਜ਼ ਉਹਦੇ ਰਾਹੀਂ ਅਸੀਂ ਜਿਹੜੇ ਲਿਖਾਰੇ ਆ ਦੁਨੀਆ ਪਰ ਪੰਜਾਬੀ 'ਚ ਲਿਖਦੇ ਆ ਉਹਨਾਂ ਨੂੰ ਆਨਰ ਕਰਾਂਗੇ ਰੈਕਗਨਾਈਜ਼ ਕਰਾਂਗੇ ਬਾਕੀ ਨਵੇਂ ਲਖਾਰੀਆਂ ਨੂੰ ਅਸੀਂ ਉਤਸ਼ਾਹ ਦੇਵਾਂਗੇ ਤਾਂ ਨਾਲ ਜਿਹੜੇ ਸਾਡੀ ਯੰਗ ਜਨਰੇਸ਼ਨਸ ਆ ਹੋ ਸਕਦਾ ਇਦਾਂ ਦੀਆਂ ਗੱਲਾਂ ਕਰਕੇ ਉਹ ਹੋਰ ਪੰਜਾਬੀ ਉਹਨਾਂ ਦੇ ਦਿਲ ਚਾਹਵੇ ਕਿ ਅਸੀਂ ਇਹਨੂੰ ਪੜਹੀਏ ਅਸੀਂ ਲਿਖੀਏ ਇਹਨੂੰ ਅਸੀਂ ਹੋਰ ਵਧਾਈਏ ਜਿਸ ਤਰ੍ਹਾਂ ਤੁਸੀਂ ਇੰਟਰਨੈਸ਼ਨਲੀ ਲੈਵਲ ਦੇ ਉੱਤੇ ਇਸ ਨੂੰ ਅੱਗੇ ਲਿਆ ਰਹੇ ਹੋ ਜਿੱਥੇ ਵੀ ਪੰਜਾਬੀ ਵੱਸਦੇ ਹੈਗੇ ਨੇ ਬਹੁਤ ਸਾਰੇ ਅਵਾਰਡਸ ਸਟੈਬਲਿਸ਼ ਕੀਤੇ ਹੈਗੇ ਨੇ ਬਟ ਇਹਦੇ ਕੀ ਵਿਲਖਣਤਾ ਵਿਲਖਣਤਾ ਕੀ ਹੋਏਗੀ ਦੀ ਇਹਦੇ ਵਿੱਚ ਡਿਫਰੈਂਸ ਕੀ ਹੋਏਗਾ ਜੀ ਹਾਂਜੀ ਇਹਦੇ ਵਿੱਚ ਡਿਫਰੈਂਸ ਦੋ ਤਿੰਨ ਗੱਲਾਂ ਦਾ ਆਇਆ ਇੱਕ ਤਾਂ ਹੈਗਾ ਇਹ ਇੰਟਰਨੈਸ਼ਨਲ ਹੈ ਸੋ ਕੋਈ ਵੀ ਪੰਜਾਬੀ ਲਿਖਾਰੀ ਜੀ ਜਿਹੜਾ ਦੁਨੀਆਂ ਪਰ ਕਿੱਥੇ ਵੀ ਹੋਵੇ ਜਿਹੜਾ ਲਿਖ ਰਿਹਾ ਮੁਰਮਖੀ ਦੇ ਵਿੱਚ ਜਾਂ ਸ਼ਾਮਖੀ ਦੇ ਵਿੱਚ ਉਹਨਾਂ ਦੇ ਨਾਵਲ ਤੇ ਸ਼ਾਰਟ ਸਟੋਰੀ ਕਲੈਕਸ਼ਨ ਜੀ ਕਲਿਜਬਲ ਹੋ ਗਏ ਇਸ ਇਸ ਪ੍ਰਾਈਜ਼ ਲਈ। ਇੱਕ ਇਹ ਗੱਲ ਆ ਦੂਜੀ ਇਹ ਆ ਕਿ ਇਹ ਪ੍ਰਾਈਜ਼ ਕੈਨੇਡੀਅਨ ਪ੍ਰਾਈਜ਼ ਦੇ ਤੌਰ ਤੇ ਸਟੈਬਲਿਸ਼ ਕਰ ਰਹੇ ਆ। ਕਿਉਂਕਿ ਪੰਜਾਬੀ ਐਕਚੁਅਲੀ ਕੈਨੇਡੀਅਨ ਬੋਲੀ ਆ ਹੁਣ। ਆਪਾਂ ਨੂੰ ਪੰਜਾਬੀ ਬੋਲਦਿਆਂ ਨੂੰ BC ਦੇ ਵਿੱਚ 115 ਸਾਲ ਹੋ ਗਏ ਆ। ਸੋ ਇਹ ਕੈਨੇਡੀਅਨ ਪ੍ਰਾਈਜ਼ ਆ ਪੰਜਾਬੀ ਇੰਟਰਨੈਸ਼ਨਲ ਲਿਟਰੇਚਰ ਦੇ ਵਿੱਚ ਨਾਲ ਨਾਲ ਇਹ ਆ ਕਿ ਯੂਨੀਵਰਸਿਟੀ ਆ ਬ੍ਰਿਟਿਸ਼ ਕੋਲੰਬੀਆ ਜਿਹੜੀ ਦੁਨੀਆ ਦੇ ਵਿੱਚੋਂ ਟਾਪ 25 ਰਿਸਰਚ ਯੂਨੀਵਰਸਿਟੀਆਂ ਦੇ ਵਿੱਚੋਂ ਆ ਜੀ ਇੱਥੇ ਲੋਂਗੇਸਟ ਰਨਿੰਗ ਤੇ ਸਭ ਤੋਂ بڑا ਫੁੱਲ ਜਿਹੜਾ ਪੰਜਾਬੀ ਲੈਂਗੁਏਜ ਦਾ ਪ੍ਰੋਗਰਾਮ ਆ ਉਹ ਇਸ ਯੂਨੀਵਰਸਿਟੀ ਦੇ ਵਿੱਚ ਆ ਇੰਡੀਆ ਦਾ ਪਾਕਿਸਤਾਨ ਚੋਂ ਬਾਹਰ ਨਿਕਲ ਕੇ ਸੋ ਇਹ ਬੜੀ ਪ੍ਰੈਸਟੀਜੀਅਸ ਯੂਨੀਵਰਸਿਟੀ ਆ ਇਹ ਸਾਡੀ ਨੋਲਿਜ ਪਾਰਟਨਰ ਆ ਇੱਕ ਕੋ ਫਾਊਂਡਰ ਆ ਸਾਡੇ ਨਾਲ ਓਕੇ ਤਾਂ ਇਹ ਜਿਹੜਾ ਲਿੰਕੇਜ ਆ ਜੀ ਆਈ ਥਿੰਕ ਇਹ ਬੜਾ ਇੰਪੋਰਟੈਂਟ ਆ ਇਹਦੇ ਨਾਲ ਇਸ ਪ੍ਰਾਈਜ਼ ਦੀ ਜਿਹੜੀ ਹੈਗੀ ਆ ਸਟੈਟਸ ਜਾਂ ਇਮੇਜ ਉਹਦੇ ਨਾਲ ਇਹ ਬਹੁਤ ਪ੍ਰੈਸਟੀਜੀਅਸ ਹੋ ਜਾਂਦਾ ਹੈ ਪ੍ਰੈਸਟੀਜੀਅਸ ਹੋਊਗਾ ਦੂਜੀ ਗੱਲ ਇਹ ਆ ਕਿ ਅਸੀਂ ਇਹ ਪ੍ਰਾਈਜ਼ ਦੋਹਾਂ ਲਿਪੀਆਂ ਦੇ ਵਿੱਚ ਦੇ ਰਹੇ ਆ ਸ਼ਾਹਮੁਖੀ ਤੇ ਗੁਰਮੁਖੀ ਠੀਕ ਹੈ ਇਹ ਆਪਾਂ ਸਾਰੇ ਜਾਣਦੇ ਆ ਕਿ ਪਾਕਿਸਤਾਨ ਦੇ ਵਿੱਚ ਜਾਦੇ ਸੱਜਣਾ ਜਿਹੜੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਆ ਇੰਡੀਆ ਦੇ ਨਾਲ ਰਾਈਟ ਤਾਂ ਹੈ ਦੁਨੀਆ ਦੀ ਬੋਲੀ ਜੀ ਸੋ ਇਹ ਆ ਤੇ ਦੂਜੀ ਗੱਲ ਆ ਕਿ ਜਿਹੜੀ ਪ੍ਰਾਈਜ਼ ਦੀ ਮੋਨਿਟਰੀ ਵੈਲਿਊ ਆ ਉਹ ਵੀ ਕਾਫੀ ਆ ਓਕੇ ਇਦਾਂ ਦੀ ਜਿਹੜੀ ਵੈਲਿਊ 25000 ਡਾਲਰ winning ਕਿਤਾਬ ਨੂੰ ਠੀਕ ਹੈ ਤੇ 2-5-5000 ਦੀਆਂ ਰਨਰ-ਅਪਸ ਲਈ ਇਦਾਂ ਦੀ ਵੈਲਿਊ ਮੋਨਿਟਰੀ ਵੈਲਿਊ ਕੋਈ ਵੀ ਇੰਡੀਆ ਦੀਆਂ ਜਿਹੜੀਆਂ ਬੋਲੀਆਂ ਜਾਂ ਪਾਕਿਸਤਾਨ ਦੀਆਂ ਬੋਲੀਆਂ ਉਹਨਾਂ ਦੇ ਵਿੱਚ ਹੈ ਨਹੀਂ ਸੋ ਇੱਕ ਐਨੂਅਲ ਅਵਾਰਡ ਹੋਇਆ ਕਰੇਗਾ ਹਾਂਜੀ ਇਹ ਐਨੂਅਲ ਪ੍ਰਾਈਜ਼ ਆ ਲਿਟਰੇਟ ਪ੍ਰਾਈਜ਼ ਆ ਤੇ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਜਿਹੜੀ winning ਕਿਤਾਬ ਆ ਜੇ ਉਹ ਗੁਰਮੁਖੀ ਦੇ ਵਿੱਚ ਹੋਈ ਉਹਨੂੰ ਅਸੀਂ ਟ੍ਰਾਂਸਲੇਟ ਕਰਾਂਗੇ ਸ਼ਾਮੁਖੀ ਚ ਕਰਾਂਗੇ ਠੀਕ ਹੈ ਤੇ ਨਾਲ ਗਾਹਾਂ ਸਾਡੇ ਮੰਦੇ ਵਿੱਚ ਇਹ ਆਈਡੀਆ ਆ ਕਿ ਆਪਾਂ ਵਿਨਿੰਗ ਬੁੱਕ ਨੂੰ ਇੰਗਲਿਸ਼ ਇੰਗਲਿਸ਼ ਤੇ ਵਿੱਚ ਟ੍ਰਾਂਸਲੇਟ ਕਰੀਏ ਉਹਦੇ ਰਾਹੀਂ ਜਿਹੜੀ ਸਾਡੀ ਪੰਜਾਬੀ ਲਿਟਰੇਚਰ ਇੰਟਰਟ੍ਰਾਂਸਲੇਸ਼ਨ ਉਹ ਸਾਰੇ ਪਾਸੇ ਦੁਨੀਆ ਦੇ ਬੱਚੇ ਬਹੁਤ ਖੂਬ ਜੀ ਹੁਣ ਜਿਸ ਤਰ੍ਹਾਂ ਭਰਜ ਨੇ ਦੱਸਿਆ ਜੀ ਡਾਕਟਰ ਸਾਹਿਬ ਇਹ ਦੱਸੋ ਕਿ ਇਹ ਤਾਂ ਇੱਕ ਬੜਾ ਕੰਪਲੈਕਸ ਪ੍ਰੋਸੀਜਰ ਜਿਹਾ ਹੋਏਗਾ ਕਿਉਂਕਿ ਇੱਕ ਤਾਂ ਅਵਾਰਡ ਦੇ ਜਿਹੜਾ ਮੋਨਿਟਰੀ ਅਵਾਰਡ ਤੋਂ ਇਲਾਵਾ ਇਹ ਜਿਹੜੀ ਪ੍ਰੈਸਟੀਜੀਅਸ ਇਹ ਗੱਲ ਹੈਗੀ ਹੈ ਕਿ ਸਮਾਨ ਬੜਾ ਹੋਏਗਾ ਤਾਂ ਕਿਵੇਂ ਇਹ ਚੁਣੇ ਜਾਣਗੇ ਕਿਸ ਤਰੀਕੇ ਦਾ ਸਬਮਿਸ਼ਨ ਕਿਵੇਂ ਹੋਏਗੀ ਇਹ ਕਿਸ ਤਰ੍ਹਾਂ ਤੁਸੀਂ ਇਹਨੂੰ ਸਾਰਾ ਮੋਨਿਟਰ ਕਰੋਗੇ ਇਹ ਇਹ ਜਿਹੜਾ ਅਵਾਰਡ ਹੈ ਜੀ ਇਹਨਾਂ ਨੇ ਇਹਦੀ ਇੱਕ ਬਕਾਇਦਾ ਕਮੇਟੀ ਬਣਾਈ ਹੈ ਜੀ ਐਡਵਾਈਜ਼ਰੀ ਕਮੇਟੀ ਹੈ ਐਡਵਾਈਜ਼ਰੀ ਕਮੇਟੀ ਚ ਹਿੰਦੁਸਤਾਨ ਤੋਂ ਪਾਕਿਸਤਾਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਜੀ ਇਹਦੇ ਮੈਂਬਰ ਨੇ ਮੋਸਟਲੀ ਸਕਾਲਰਸ ਨੇ ਜਿਹੜੇ ਪੰਜਾਬੀ ਲਿਟਰੇਚਰ ਨਾਲ ਜੁੜੇ ਹੋਏ ਨੇ ਠੀਕ ਹੈ ਉਹ ਇਹਨਾਂ ਨੇ ਨਾਲ ਜੁੜੇ ਨੇ ਹਮਮ ਔਰ ਫਿਰ ਐਡਵਾਈਜ਼ਰੀ ਕਮੇਟੀ ਇੱਕ ਗਾਈਡਲਾਈਨਸ ਦਾ ਕਰਦੀ ਕਰ ਰਹੀ ਹੈ ਜੀ ਕੀ ਪ੍ਰੋਸੀਜਰ ਹੋਏਗਾ ਕਿਸ ਢੰਗ ਨਾਲ ਅਵਾਰਡ ਦਿੱਤਾ ਜਾਣਾ ਉਹ ਸਾਰਾ ਤੈਅ ਕਰਕੇ ਜੀ ਫਿਰ ਉਹਦੇ ਲਈ ਅੱਗੇ ਜੂਰੀਜ਼ ਨੇ ਜਿਹੜੀਆਂ ਪੰਜਾਬੀ ਦੀ ਜੂਰੀ ਵੱਖਰੀ ਹੋएगी ਐ ਸ਼ਾਮੂਖੀ ਦੀ ਗੁਰਮੁਖੀ ਦੀ ਵੱਖਰੀ ਸ਼ਾਮੂਖੀ ਦੀ ਵੱਖਰੀ ਫਿਰ ਉਦੋਂ ਅੱਗੇ ਸਾਂਝੀ ਜੂਰੀ ਵੱਡੀ ਜੂਰੀ ਅੱਛਾ ਜੀ ਮੈਨੂੰ ਇੰਡੀਆ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਅਵਾਰਡਸ ਨੇ ਮੈਂ ਲਿਟਰੇਚਰ ਦੇ ਸਾਇਤ ਅਕਾਦਮੀ ਵਾਰਡਾ ਜਾਂ ਗਿਆਨਪੀਠ ਵਾਰਡਾ ਜਾਂ ਬਿਰਲਾ ਵਾਰਡ ਉਹਨਾਂ ਨਾਲ ਜੁੜੇ ਰਹਿਣ ਦਾ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਦੇ ਕਿਸ ਢੰਗ ਨਾਲ ਉਹ ਅਵਾਰਡ ਦਿੱਤੇ ਜਾਂਦੇ ਨੇ ਹੇਠਾਂ ਤੋਂ ਉੱਪਰ ਫੰਕਸ਼ਨਿੰਗ ਕੀ ਹੈ ਉਹਨਾਂ ਦਾ ਪਤਾ ਹੈ ਤੇ ਮੈਂ ਉਹਨਾਂ ਨੂੰ ਉਹਨਾਂ ਨੂੰ ਅਵਾਰਡ ਦੇ ਪ੍ਰਕਿਰਿਆ ਨੂੰ ਜਾਣਦੇ ਹਾਂ ਮੈਂ ਦੱਸ ਸਕਦਾ ਹਾਂ ਕਿ ਜੋ ਪ੍ਰਕਿਰਿਆ ਇਸ ਅਵਾਰਡ ਲਈ ਤੈਅ ਕੀਤੀ ਗਈ ਹੈ ਉਹ ਇਸ ਅਵਾਰਡ ਦੀ ਪ੍ਰੈਸਟੀਜ ਦੇ ਮੁਤਾਬਕ ਕੀ ਹੈ ਜਿੱਥੇ ਪ੍ਰਾਈਜ਼ ਨਿਸ਼ਚਿਤ ਪੰਜਾਬੀ ਚ ਦਿੱਤੇ ਜਾਣ ਵਾਲੇ ਰਕਮ ਦੇ ਪੱਖ ਤੋਂ ਵੀ ਬਹੁਤ ਵੱਡਾ ਵਾਰਡ ਹੈ ਜੀ ਪੰਜਾਬੀ ਕੀ ਹਿੰਦੁਸਤਾਨ ਚ ਤਾਂ ਕਿਸੇ ਵੀ ਕੋਈ ਵੀ ਵੱਡਾ ਵਾਰਡ ਨਹੀਂ ਹੈ ਗਿਆਨ ਪੀਛ ਦਾ ਵਾਰਡ ਸਭ ਤੋਂ ਵੱਡਾ ਉਹ 5 ਲੱਖ ਦਾ ਵਾਰਡ ਹੈ ਠੀਕ ਹੈ ਤੇ ਇਹ ਰਕਮ ਜਿਹੜੀ ਹੈ ਬਹੁਤ ਵੱਡੀ ਰਕਮ ਹੈ ਜੀ ਇਹ ਸਾਡੀ ਜ਼ੁਬਾਨ ਨੂੰ ਵੀ ਮਾਣ ਦਿੰਦੀ ਹੈ ਤੇ ਸਾਡੇ ਲਈ ਵੀ ਫਿਰ ਇਸ ਤਰ੍ਹਾਂ ਬਣਦਾ ਵੀ ਜੇ ਜ਼ੁਬਾਨ ਨੂੰ ਮਾਣ ਦੇਣ ਦੀ ਖਾਤਰ ਐਡਾ ਵੱਡਾ ਵਾਰਡ ਰੱਖਿਆ ਜਾ ਰਿਹਾ ਤਾਂ ਉਹਦੀ ਪ੍ਰੈਸਟੀਜ ਨੂੰ ਕਿਵੇਂ ਕਾਇਮ ਰੱਖਣਾ ਉਹਦੀ ਖਾਤਰ ਬਹੁਤ ਵਧੀਆ ਪ੍ਰੋਸੀਜਰ ਬਣਾਇਆ ਗਿਆ ਕਿ ਜਿਊਰੀ ਜਿਹੜੀਆਂ ਹੋਣਗੀਆਂ ਉਹ ਜੂਰੀਜ਼ ਕਨਫਿਡੈਂਸ਼ੀਅਲਟੀ ਔਰ ਨੀ ਜ਼ਿੰਮੇਵਾਰੀ ਜੂਰੀਜ਼ ਵਿੱਚ ਚੁਣੇ ਜਾਣੇ ਜਿਹੜੇ ਇਹ ਇਹ ਜਿਹੜਾ ਵੱਖ-ਵੱਖ ਪੱਧਰ ਤੇ ਮੇਰਾ ਖਿਆਲ ਬਹੁਤ ਅੱਛੀ ਤਰ੍ਹਾਂ ਕਰਨ ਦਾ ਕੋਸ਼ਿਸ਼ ਕੀਤੀ ਬੜਾ ਵਾਈਡ ਸਪੈਕਟਰਮ ਹੈ ਜਿਵੇਂ ਮੈਂਬਰਸ ਦਾ ਜਦੋਂ ਦੇਖ ਰਿਹਾ ਕਿ ਵੱਖਰੀ ਵੱਖਰੀ ਫੀਲਡਸ ਨਾਲ ਇਹ ਸਾਰੇ ਜੁੜੇ ਹੋਏ ਨੇ ਡਾਕਟਰ ਅਕਬੀਰ ਸਿੰਘ ਜਿਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਤੋਂ ਹੈਗੇ ਨੇ ਪੰਜਾਬੀ ਡਿਪਾਰਟਮੈਂਟ ਨਾਲ ਉਸ ਤੋਂ ਇਲਾਵਾ ਕਈ ਸਾਹਿਬਾਂ ਦਾ ਹੈਡ ਰੈਗ ਨੇ ਪਾਕਿਸਤਾਨ ਤੋਂ ਵੀ ਤੁਸੀਂ ਲੈਨੇ ਸੋ ਇਹ ਅਵਾਰਡ ਜਿਹੜਾ ਹੈਗਾ ਹੁਣ ਕਦੋਂ ਤੋਂ ਇਹ ਜਿਹੜੇ ਨੇ ਰਾਈਟਰਸ ਇਹ ਸਬਮਿਸ਼ਨ ਕਰ ਸਕਣਗੇ ਕਦੋਂ ਪਹਿਲਾ ਅਵਾਰਡ ਦਿੱਤਾ ਜਾਣਾ ਹੈ ਸਬਮਿਸ਼ਨਸ ਜਨਵਰੀ ਤੋਂ 15 ਜਨਵਰੀ ਤੋਂ ਸ਼ੁਰੂ ਹੋਈਆਂ ਹੋਈਆਂ ਨੇ ਠੀਕ ਹੈ ਜੀ ਤੇ 15 ਮਾਰਚ ਤੱਕ ਸਬਮਿਸ਼ਨ ਹੋਣਗੀਆਂ ਸਬਮਿਸ਼ਨ ਦੋ ਢੰਗ ਨਾਲ ਮੰਗੀਆਂ ਜਾ ਰਹੀਆਂ ਨੇ ਇੱਕ ਇਲੈਕਟ੍ਰੋਨਿਕ ਵਰਸ਼ਨ ਹੈ ਇੱਕ ਜਿਹੜਾ ਪ੍ਰਿੰਟਡ ਵਰਸ਼ਨ ਹੈ ਇਲੈਕਟ੍ਰੋਨਿਕ ਵਰਸ਼ਨ ਤਾਂ 28 ਫਰਵਰੀ ਤੱਕ ਮਿਲਣਾ ਚਾਹੀਦਾ ਤੇ 15 ਫਰਵਰੀ ਮਾਰਚ ਤੱਕ ਦੂਜੇ ਪ੍ਰਿੰਟਡ ਵਰਸ਼ਨ ਵੀ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਜਦੋਂ 15 ਮਾਰਚ ਤੋਂ ਪਿੱਛੋਂ ਫਿਰ ਇਹ ਪ੍ਰੋਸੈਸ ਸ਼ੁਰੂ ਹੋ ਜਾਏਗਾ ਜਿਊਰੀਜ਼ ਨੂੰ ਪਹਿਲੀ ਪਹਿਲਾਂ ਦਿੱਤੇ ਜਾਣਗੇ ਦੋਨੋਂ ਜਿਵੇਂ ਦੱਸਿਆ ਦੋਨਾਂ ਜਿਊਰੀ ਨੂੰ ਇੱਕ ਜਿਊਰੀ ਸ਼ਾਮੁਖੀ ਦੀ ਹੋਏਗੀ ਇੱਕ ਗੁਰਮੁਖੀ ਦੀ ਦੋਨੋਂ ਜੂਰੀਜ਼ ਆਪਣੇ ਤੌਰ ਤੇ ਕੰਮ ਕਰਨਗੀਆਂ ਤੇ ਮੇਰਾ ਖਿਆਲ ਹੈ ਵੀ ਇਹ ਉਹ ਅਗਸਤ ਤੱਕ ਉਹ ਜੂਰੀਜ਼ ਕੰਮ ਕਰਨਗੀਆਂ ਉਸ ਤੋਂ ਪਿੱਛੇ ਸੈਂਟਰਲ ਜੂਰੀ ਇਹਨੂੰ ਉਹ ਸੌਪਿਆ ਜਾਏਗਾ ਠੀਕ ਹੈ ਰਾਈਟ ਉਹਨਾਂ ਨੇ ਤਿੰਨ ਤਿੰਨ ਕਿਤਾਬਾਂ ਜਿਹੜੀਆਂ ਨੇ ਰეკਮੈਂਡ ਕਰਦੀਆਂ ਨੇ ਹੇਟਲੀ ਜੂਰੀਜ਼ ਲਈ ਛੇ ਕਿਤਾਬਾਂ ਹੋਣਗੀਆਂ ਜਦੋਂ ਫਾਈਨਲ ਜਿਊਰੀ ਕੋਲ ਜਾਣੀਆਂ ਹੈ ਜਿਨ੍ਹਾਂ ਨੇ ਇੱਕ ਵੱਡਾ ਅਵਾਰਡ ਤੇ ਦੋ 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 ਅਵਾਰਡ ਸੋ ਸਮਵੇਰ ਕਦ ਤੱਕ ਇਸ ਸਾਲ ਦਾ ਜਿਹੜਾ ਅਵਾਰਡ 2014 ਦਾ ਕੋਈ ਡੇਟ ਨਿਸ਼ਚਿਤ ਕੀਤੀ ਗਈ ਹੈ ਜੀ ਹਾਂਜੀ ਹਰਪ੍ਰੀਤ ਜੀ ਜਿਹੜੀ ਪ੍ਰਾਈਜ਼ ਦੀ ਡੇਟ ਆ ਉਹ ਇਸ ਵੇਲੇ ਅਸੀਂ ਅਕਤੂਬਰ 25 ਰੱਖੀ ਹੋਆ ਅੱਛਾ ਜੀ ਉਹਨਾਂ ਦਿਨਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਵੈਨਕੂਵਰ ਰਾਈਟਰਸ ਫੈਸਟੀਵਲ ਵੀ ਹੋ ਰਿਹਾ ਰਾਈਟ ਸੋ ਉਹ ਵੀ ਅਸੀਂ ਲਿੰਕਜ ਕਰ ਰਹੇ ਹਾਂ ਕਿਉਂਕਿ ਅਸੀਂ ਇਸ ਪ੍ਰਾਈਜ਼ ਨੂੰ ਕੋਲ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਅਸੀਂ ਇਹਨੂੰ ਬਾਹਰ ਜਿਹੜੀ ਲਾਰਜਰ ਕਮਿਊਨਿਟੀ ਆ ਉਹਦੇ ਵਿੱਚ ਲਿਆਣਾ ਮੰਗਦੇ ਆ ਉਹਦੇ ਰਹੀਂ ਸਾਡੀ ਲਿਟਰੇਚਰ ਦਾ ਵਾਅਦਾ ਹੋਗਾ ਐਬਸੋਲੂਟਲੀ ਸੋ 1 ਅਕਤੂਬਰ 25th ਦਾ ਡੇਟਾ ਪਹਿਲੇ ਪ੍ਰਾਈਜ਼ ਦੀ ਤਾਂ ਹੋਗੀ ਵੈਨਕੂਵਰ ਦੇ ਵਿੱਚ ਤਾਂ ਜਿਹੜੇ ਫਿਰ ਤਿੰਨ ਫਾਈਨਲਿਸਟ ਹੋਗੇ Winner ਤਾਂ ਦੋ ਰਨਰ ਅਪਸ ਜੀ करेंगे ठीक है नाल नहीं। प्रमोशन हो अच्छा डॉक्टर साहब एक तमाम जो लेखक ने कई जे खास तौर पर तो यंगस्टर्स भी ने भी इस पास ध्यान दे रहे हैं उन्हें मैसेज स्प्रैड कर हिंदुस्तान पाकिस्तान बहुत ज होर भी बाकी मुल्क है जितने पंजाबी रेंगे ने सो किए कि सिर्फ अपने लिटरेरी सर्कल्स राही मैसेज फैला रहे हो कि एक अवार्ड एसटैबलिश किया जाए या कुछ होर भी किया जाए ਇਹ ਵਾਰ ਲਈ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਵੈਨਕੂਰਚ ਫੰਕਸ਼ਨ ਹੋਇਆ ਸੀ ਉਸ ਤੋਂ ਪਿਛੋਂ ਚੰਡੀਗੜ੍ਹ ਤੇ ਲਾਹੌਰ ਵਿੱਚ ਇਟਾਂ ਹੋ ਰਹੀ ਆਪ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗਏ ਆ ਬੜੇ ਵੱਡੇ ਫੰਕਸ਼ਨ ਹੋਏ ਨੇ ਜਿੱਥੇ ਅਨਾਗਰੂਡਲ ਫੰਕਸ਼ਨ ਹੋਏ ਨੇ ਦੱਸਿਆ ਗਿਆ ਵੀ ਇਹ ਅਵਾਰਡ ਸਟੈਬਲਿਸ਼ ਕੀਤਾ ਗਿਆ ਉਸ ਤੋਂ ਪਿਛੋਂ ਕੋਸ਼ਿਸ਼ ਇਹ ਆ ਵੀ ਵੱਧ ਤੋਂ ਵੱਧ ਮੀਡੀਆ ਵਿੱਚ ਜਾ ਕੇ ਦੱਸਿਆ ਜਾਏ ਸਬਾਰ ਬਾਰੇ ਉਥੇ ਵੀ ਅਖਬਾਰਾਂ ਵਿੱਚ ਹਾਂ ਇਹ ਇਸ ਤੋਂ ਗੱਲ ਦਾ ਪ੍ਰਚਾਰ ਕੀਤਾ ਗਿਆ ਬਾਕੀ ਇੰਟਰਨੈਟ ਰਾਈਟ ਕੋਸ਼ਿਸ਼ ਤਾਂ ਇਹ ਹੈ ਵੀ ਇਹ ਵੱਧ ਤੋਂ ਵੱਧ ਪ੍ਰਚਾਰਿਆ ਜਾਏ ਤੇ ਮੇਰਾ ਖਿਆਲ ਆ ਵੀ ਪੰਜਾਬ ਵਿੱਚ ਹੁਣ ਇਸ ਵਾਰਡ ਬਾਰੇ ਕਾਫੀ ਪਤਾ ਲੱਗ ਗਿਆ ਨਾ ਸਿਰਫ ਪੰਜਾਬ ਚ ਬਲਕੇ ਬਾਕੀ ਵੀ ਜਿੱਥੇ ਜਿੱਥੇ ਪੰਜਾਬੀ ਲਿਟਰੇਰੀ ਸਰਕਲ ਹੈ ਮੇਰਾ ਖਿਆਲ ਅਮਰੀਕਾ ਕੈਨੇਡਾ ਇੰਗਲੈਂਡ ਸਾਰੀ वार बहुत जी, कोई होर तुसी देना जी, इस संबंध ने भी किसी संपर्क करना होनी हो जाती बेस्ट चीज़ तो यह है कि वैब ते जी साडरस है डबल्यू 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 डॉट पंजाबी लिटरेचर प्राइज डॉट कॉम ओके जाके सबमिशन गाइडलाइन इंगलिश ਗੁਰਮਖੀ ਸ਼ਾ ਮੁਖੀ ਦੇ ਵਿੱਚ ਹੈਗੀਆਂ ਠੀਕ ਹੈ ਤੇ ਜਿਹੜੇ ਵੀ ਲਿਖਾਰੀ ਆਪਣੇ ਵਰਕਸ ਨੂੰ ਸਬਮਿਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਪਬਲਿਸ਼ਰ ਆ ਉਹਨਾਂ ਕੋਲ ਟਾਈਮ ਹਜੇ ਹੈਗਾ ਰਾਈਟ ਸੋ ਇਦਾਂ ਅਸੀਂ ਕਰ ਰਹੇ ਆ ਤਾਂ ਨਾਲ ਸਾਡੀ ਕੰਪਰੀਹੈਂਸਿਵ ਵੈਬਸਾਈਟ ਵੀ ਡਿਵੈਲਪ ਹੋ ਰਹੀ ਆ ਠੀਕ ਹੈ ਉਹ ਵੀ ਹੋ ਜਾਊਗੀ 2-3 ਮਹੀਨਿਆਂ ਦੇ ਵਿੱਚ ਸੋ ਅਖਬਾਰਾਂ ਦੇ ਵਿੱਚ ਵੀ ਅਸੀਂ ਅਨਾਉਂਸਮੈਂਟ ਬਣਾ ਕਰ ਰਹੇ ਆ ਪੰਜਾਬ ਪਾਕਿਸਤਾਨ ਕੈਨੇਡਾ ਦੇ ਵਿੱਚ ਸੋ ਸੋ ਕਾਫੀ ਇਦਾਂ ਦੇ ਟਾਂਗਾ ਉਸ ਵੈਬਸਾਈਟ ਤੇ ਤੁਹਾਨੂੰ ਫੇਰ ਚਾਹਲਾ ਫੋਨ ਇਨਫੋਰਮੇਸ਼ਨ ਵੀ ਮਿਲ ਸਕਦੀ ਬਹੁਤ ਖੂਬ ਜੀ ਡਾਕਟਰ ਸਾਹਿਬ ਅਖੀਰ ਤੁਸੀਂ ਕੀ ਕਹੋਗੇ ਮੈਂ ਤਾਂ ਇਹ ਹੀ ਕਹਿਣਾ ਜੀ ਵੀ ਇਹ ਸਾਡੀ ਜ਼ੁਬਾਨ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਡਾ ਵੱਡਾ ਪ੍ਰਾਈਜ਼ ਸ਼ੁਰੂ ਹੋਇਆ ਤੇ ਨਿਸ਼ਚੈ ਇਹ ਅਵਾਰਡ ਸ਼ੁਰੂ ਹੋਣ ਨਾਲ ਇਸ ਤਰ੍ਹਾਂ ਦੇ ਅਵਾਰਡ ਦਿੱਤੇ ਜਾਣ ਨਾਲ ਪੰਜਾਬੀ ਲਿਟਰੇਚਰ ਪੰਜਾਬੀ ਜ਼ੁਬਾਨ ਦੀ ਪ੍ਰਫੁੱਲਤਾ 'ਚ ਬੜਾ ਵੱਡਾ ਹਿੱਸਾ ਪਾਏਗਾ ਔਰ ਜਿਵੇਂ ਦੱਸਿਆ ਗਿਆ ਵੀ ਉਸ ਤੋਂ ਪਿੱਛੋਂ ਜੇ ਨੂੰ ਅਵਾਰਡਡ ਕਿਤਾਬਾਂ ਨਹੀਂ ਇੰਗਲਿਸ਼ ਵਿੱਚ ਟ੍ਰਾਂਸਲੇਟ ਹੋ ਕੇ ਜਾਂਦੀਆਂ ਨੇ ਤਾਂ ਸਾਡੀ ਜ਼ਬਾਨ ਦਾ ਲਿਟਰੇਚਰ ਜਿਹੜਾ ਉਹ ਵੱਡੀ ਪੱਧਰ ਤੇ ਫੈਲ ਸਕੇਗਾ ਬਹੁਤ ਅੱਛਾ ਮੈਨੂੰ ਲੱਗ ਰਿਹਾ ਵੀ ਇਹ ਬਹੁਤ ਖੂਬ ਜੀ ਧੰਨਵਾਦ ਤੁਸੀਂ ਵੀ ਇਸ ਦੇ ਨਾਲ ਆਪਣਾ ਜਿਹੜਾ ਸਹਿਯੋਗ ਦੇ ਰਹੇ ਹੋ ਤੇ ਨਾਲੇ ਪੰਜਾਬੀ ਨੂੰ ਪ੍ਰੋਮੋਟ ਕਰਨ ਵਾਸਤੇ ਜੋ ਦੁਨੀਆ ਭਰ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਧੰਨਵਾਦ ਅਨਸ਼ੁਭ ਕਾਮਨਾਵਾਂ ਥੈਂਕ ਯੂ